ਇਹ ਜਿਵੇਂ ਸਕਰੀਨ ਉੱਪਰ ਕਰਾਇਆ ਤਾਂ ਉਹ ਸਪਾਈ ਕੀਤੀ ਸੀ ਆਨਲਾਈਨ ਉਹਦੇ ਵਿੱਚ ਇੱਕ ਆ ਗਈ ਆ ਪ੍ਰੋਬਲਮ ਹੁਣ ਠੀਕ ਹੈ ਸ਼ਿਵਾ ਸਾਰਾ ਸਿਸਟਮ ਹੀ ਲੈ ਪਿਆ ਹੈ ਵੈਲਕਮ ਬੈਕ ਟੂ ਆਰ ਮਾਈ YouTube ਫੈਮਿਲੀ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਮੇਰਾ ਕੱਲ ਦਾ ਵਲੌਗ ਨਹੀਂ ਆਇਆ ਕਿਉਂ ਨਹੀਂ ਆਇਆ ਇਹ ਵੀ ਮੈਂ ਤੁਹਾਨੂੰ ਰੀਜ਼ਨ ਦੱਸਦਾ ਹਾਂ ਅਤੇ ਅੱਜ ਘਰੇ ਕੁਛ ਗੈਸਟ ਨੇ ਆਉਣਾ ਵਾ ਸੋ ਜਿੰਨਾ ਕਿ ਮੈਨੂੰ ਪਤਾ ਆ ਬਾਕੀ ਅੱਜ ਦੀ ਐਕਟੀਵਿਟੀ ਜੋ ਵੀ ਰਹਿੰਦੀ ਤੁਹਾਨੂੰ ਇਸ ਵਲੌਗ ਦੇ ਵਿੱਚ ਵੇਖਣ ਨੂੰ ਮਿਲ ਜਾਏਗੀ ਟਾਈਟਲ ਥੰਬਨੇਲ ਤੋਂ ਤੁਸੀਂ ਵੇਖ ਲਿਆ ਹੋਣਾ ਵਾ ਬਾਕੀ ਰੀਜ਼ਨ ਬਹੁਤ ਸਿੰਪਲ ਹੈ ਕੱਲ੍ਹ ਦਾ ਵਲੌਗ ਨਹੀਂ ਆਇਆ ਮੈਂ ਕਿਉਂ ਨਹੀਂ ਸ਼ੂਟ ਕੀਤਾ ਮੈਂ ਕਿਉਂ ਨਹੀਂ ਬਣਾਇਆ ਬਾਕੀ ਵੇਖ ਮੈਂ ਤੁਹਾਨੂੰ ਦੱਸਦਾ ਹਾਂ ਸੋ ਅਸੀਂ ਡੇਲੀ ਡੇਲੀ ਹੈ ਨਾ ਵਲੌਗ ਅਪਡੇਟ ਅਪਲੋਡ ਕਰਾਂਗੇ ਸੋ ਉਹਦੇ ਚੱਲਦੇ ਕੀ ਹੁੰਦਾ ਆ ਕੁਆਂਟਿਟੀ ਤਾਂ ਅਸੀਂ ਵਧਾ ਲਾਂਗੇ ਹੈ ਨਾ ਡੇਲੀ ਦਾ ਇੱਕ ਵਲੌਗ ਪਾਉਂਦੇ ਰਹਿੰਦੇ ਬਟ ਉਹਦੇ ਜਿਹੜੀ ਕੁਆਲਿਟੀ ਨਹੀਂ ਆਊਗੀ ਹੁਣ ਵੀਡੀਓ ਦੀ ਜਿਹੜੀ ਕੁਆਲਿਟੀ ਸਾਨੂੰ ਪਤਾ ਨਹੀਂ ਲੱਗੂਗੀ ਕੀ ਹੋਣ ਡਿਆ ਵਲੌਗ ਦੇ ਵਿੱਚ ਕੀ ਦਿਆਂ ਕਰਨੇ ਇਸ ਕਰਕੇ ਕੁਆਲਿਟੀ ਨੂੰ ਮੈਂ ਵੇਖਦੇ ਹੋਏ ਕੁਆਂਟਿਟੀ ਨੂੰ ਨਾ ਵੇਖਦੇ ਹੋਏ ਮੈਂ ਦੋ ਜਾਂ ਤਿੰਨ ਦਿਨ 'ਚ ਵਲੌਗ ਮੈਂ ਅਪਲੋਡ ਕਰਾਇਆ ਕਰੂੰਗਾ ਇੱਕ ਦਿਨ ਜਾਂ ਦੋ ਦਿਨ ਛੱਡ ਕੇ ਕਿਉਂਕਿ ਜੇ ਅਸੀਂ ਕੁਆਲਿਟੀ ਵੇਖਣੀ ਹੈ ਨਾ ਕੁਆਲਿਟੀ ਕਰਕੇ ਤੁਹਾਡਾ ਵਲੌਗ ਚੱਲੂਗਾ ਅਤੇ ਕੁਆਲਿਟੀ ਮਤਲਬ ਕੰਟੈਂਟ ਹੈ ਨਾ ਵਲੌਗ ਦੇ ਵਿੱਚ ਕੀ ਦੱਸਣ ਡੇ ਆ ਕੀ ਮੈਂ ਵਿਖਾਉਣ ਡਿਆ ਕੀ ਤੁਹਾਨੂੰ ਸਿੱਖਣ ਨਹੀਂ ਮਿਲਣ ਡਿਆ ਵਲੌਗ ਦੇ ਵਿੱਚ ਕੀ ਤੁਹਾਨੂੰ ਇੰਟਰਸਟ ਹੈ ਐਂਟਰਟੇਨ ਹੋਣ ਡਿਓ ਉਸ ਉਹਦੇ ਚੱਲਦੇ ਮੈਂ ਫਿਰ ਜਿਹੜੇ ਵਲੌਗ ਆ ਦੋ ਤਿੰਨ ਦਿਨ ਠਹਿਰ ਕੇ ਜਿਹੜਾ ਇੱਕ ਵਲੌਗ ਆ ਜਾ ਕਰੂੰਗਾ ਡੇਲੀ ਵਲੌਗ ਅਪਡੇਟ ਅਪਲੋਡ ਕਰਨ ਦਾ ਕੋਈ ਵੀ ਮਤਲਬ ਮੈਨੂੰ ਪ੍ਰੋਬਲਮ ਤਾਂ ਨਹੀਂ ਹੈਗੀ ਮੈਂ ਕਰ ਸਕਦਾ ਬਟ ਇਹੋ ਹੀ ਮੈਂ ਕੁਆਂਟਿਟੀ ਦੀ ਨਹੀਂ ਨਾ ਵਧਾਉਣੀ ਮਤਲਬ ਮੈਂ ਕੁਛ ਮਤਲਬ ਫੜ ਕੇ ਮੈਂ ਅਪਲੋਡ ਕਰਦਾ ਸੋ ਚੱਲਦਾ ਨਹੀਂ ਯੂਟਿਊਬ ਦੇ ਉੱਤੇ ਜਿਹੜੇ ਮੇਰੇ ਥੋੜ੍ਹੇ ਬਹੁਤ ਸਬਸਕ੍ਰਾਈਬਰ ਹੈਗੇ ਉਹ ਵੀ ਜਿਹੜੇ ਉੱਡ ਜਾਣਗੇ ਫਿਰ ਹੈ ਨਾ ਅਨਸਬਸਕ੍ਰਾਈਬ ਕਰ ਦੇਣ ਸੋ ਤਾਂ ਹੀ ਮੈਂ ਫਿਰ ਜਿਹੜੇ ਮਤਲਬ ਵਧੀਆ ਕੁਆਲਿਟੀ ਮੈਂ ਵਲੌਗ ਦੇ ਵਿੱਚ ਲਿਆਉਣਾ ਚਾਹੁੰਦਾ ਵਾਂ ਸੋ ਅੱਜ ਆ ਰਿਹਾ ਘਰੇ ਗੈਸਟ ਸੋ ਬਾਕੀ ਕਰਦੇ ਹਾਂ ਵਲੌਗ ਨੂੰ ਸਟਾਰਟ ਵਿਦਆਊਟ ਐਨੀ ਮੋਰ ਟਾਈਮ ਲੈਟਸ ਗੋ ਵੈਲ ਸੋ ਵਿਦ ਗਾਈਸ ਆਮ ਵਲੌਗ ਬੈਕ ਹਿਅਰ ਚੌਲ ਬਣੇ ਅੱਜ ਯਾਰ ਲੰਚ ਤਾਂ ਕਰ ਲਿਆ ਵਾ ਅਤੇ ਟਾਈਮ ਹੋਇਆ 2:15 ਅਤੇ ਜਿਹੜੀ ਮੈਂ ਹੋਰ ਸਫਾਈ ਕੀਤੀ ਸੀ ਆਨਲਾਈਨ ਉਹਦੇ ਵਿੱਚ ਇੱਕ ਆ ਗਈ ਆ ਪ੍ਰੋਬਲਮ ਪ੍ਰੋਬਲਮ ਕੀ ਤੁਹਾਨੂੰ ਦੱਸਦਾ ਹੁਣੇ ਵੇਖੋ ਹੁਣ ਤਾਂ ਮੈਂ ਠੀਕ ਆ ਬਟ ਦੋ ਤਿੰਨ ਦਿਨ ਤੋਂ ਮੈਂ ਜਿਹੜੀ ਵੋਚ ਚਲਾਈ ਨਹੀਂ ਸੀਗੀ ਅਤੇ ਇਹਦੇ ਚੱਲਦੇ ਕਿ ਪੂਰੀ ਡੈੱਡ ਬੰਦ ਹੋ ਗਈ ਸੀ ਪੂਰੀ ਵੋਚ ਸੋ ਇਸ ਕਰਕੇ ਮੈਂ ਆਹ ਵਾਲੇ ਅਡੈਪਟਰ ਨਾਲ ਲਾਉਂਦਾ ਅਤੇ ਇਹਦੇ ਚਲੋ ਪਾਵਰ ਬੈਂਕ ਦਾ ਚਾਰਜ ਹੁਣ ਇਹਦੇ ਨਾਲ ਮੈਂ ਲੀਡ ਦੋਨਾਂ 'ਤੇ ਚੱਲਦੀ ਨਹੀਂ ਵੋਚ ਮੈਂ ਲੱਗਾ ਰਹਿੰਦਾ ਅੱਧਾ ਘੰਟਾ ਇੱਕ ਘੰਟਾ ਪਰ ਨਹੀਂ ਚੱਲੀ ਫਿਰ ਮੈਂ ਕੀਤਾ ਇਹਦੀ ਜਿਹੜੀ ਚਾਰਜਿੰਗ ਵਾਲੀ ਕੇਬਲ ਹੈ ਲਈ ਮੈਂ ਪਾਵਰ ਬੈਂਕ ਦੇ ਵਿੱਚ ਸੋ ਫਿਰ ਮੈਂ ਇਹਨੂੰ ਲਾਇਆ ਚਾਰਜ 'ਤੇ ਅਤੇ ਫਿਰ ਚੱਲ ਗਈ ਅੱਧੇ ਘੰਟੇ ਦੇ ਵਿੱਚ ਕਿਤੇ ਚੱਲ ਗਈ 15 ਮਿੰਟ ਜਾਂ ਅੱਧਾ ਘੰਟੇ 'ਚ ਸੋ ਮੈਨੂੰ ਤਾਂ ਲੱਗਾ ਗਈ ਵੋਚ ਮੇਰੇ ਗਏ ਪੈਸੇ ਸਾਰੇ ਬਰਬਾਦ ਬਟ ਚੱਲ ਗਈ ਹੈ ਜਦੋਂ ਮੈਂ ਪਰੇਸ਼ਾਨ ਹੋ ਗਿਆ ਚਾਰਜ ਨਹੀਂ ਸੀ ਲਾਈ ਇਸ ਕਰਕੇ ਪ੍ਰੋਬਲਮ ਆਈ ਹੈ ਬਲੀ ਇਹ ਮੈਂ ਇੱਥੇ ਰੱਖ ਦਿੰਦਾ ਡਰੋਰ ਦੇ ਵਿੱਚ ਉਹਨਾਂ ਨਾਲੇ ਸਕ੍ਰੈਚ ਵਗੈਰਾ ਨਹੀਂ ਹੁੰਦੇ ਬਾਕੀ ਆ ਪਾਵਰ ਬੈਂਕ ਪਿਆ ਜਾਂ ਚਾਰਜ ਹੋਣੀ ਵੀ ਖਰਾਬ ਹੋਇਆ ਸੀਗਾ ਇਹਦੀ ਜਿਹੜੀ ਆ ਕੇਬਲ ਆ ਚਾਰਜਰ ਵਾਲੀ ਖਰਾਬ ਹੋ ਗਈ ਬਾਕੀ ਇਹ ਮੇਰਾ ਰੂਮ ਆ ਜਿਹੜਾ ਮੈਂ ਸਪੀਕਰ ਜਿਹੜਾ ਠੀਕ ਕਰਨ ਵਾਸਤੇ ਦਿੱਤਾ ਸੀ ਆਹ ਵਾਲਾ ਵੀ ਠੀਕ ਹੋ ਗਿਆ ਇਹਦੇ ਵਿੱਚ ਆਹ ਸਾਰੀ ਇਹਦੀ ਡਿਸਪਲੇ ਨਵੀਂ ਪਈ ਆ ਸਾਰਾ ਕੁਛ ਬਟਨਸ ਵਗੈਰਾ ਆਹ ਵੀ ਨਵੇਂ ਪਏ ਅਤੇ ਬਾਕੀ ਇਹਦੇ ਵਿੱਚੋਂ ਜਿਹੜੀ ਵਾਇਰਿੰਗ ਠੀਕ ਕੀਤੀ ਹੈ ਅਤੇ ਆਹ ਦੂਜਾ ਇੱਕ ਹੁਣ ਇਹ ਵੀ ਟੁੱਟ ਗਿਆ ਵੇਖੋ ਥੱਲੇ ਡਿੱਗ ਗਿਆ ਸੀਗਾ ਆਹ ਸਾਰੀ ਬ੍ਰਾਈਟਨੈਸ ਘੱਟ ਇਹਦੀ ਸ਼ੇਰੂ ਮੱਝ ਨੂੰ ਨੀ ਪੈਂਦਾ ਮੱਝ ਨੂੰ ਨੀ ਪੈਣਾ ਬਾਈ ਦਵੇ ਯਾਰ ਸ਼ੇਰੂ ਨੂੰ ਵੀ ਘੁਮਾਉਣ ਦਾ ਟਾਈਮ ਹੋ ਗਿਆ ਇਹਨੂੰ ਐਮਰਜੈਂਸੀ ਹੁੰਦੀ ਹੈ ਦੁਪਹਿਰ ਦਾ ਟਾਈਮ ਆ 2:20 ਮਿੰਟ ਹੋ ਚੁੱਕੇ ਨੇ ਅਤੇ ਮਤਲਬ ਇਹਨੂੰ ਵੀ ਘੁਮਾਉਣਾ ਜ਼ਰੂਰੀ ਬਾਕੀ ਮੈਂ ਘਰੇ ਚੱਲ ਕੇ ਮੇਰੇ ਕੋਲ ਫੋਨਸ ਦੇ ਜਿੰਨੇ ਵੀ ਕਵਰ ਆ ਮੈਂ ਕੱਲ੍ਹ ਵੀ ਇੱਕ ਕਵਰ ਨਵਾਂ ਲੈ ਕੇ ਆਇਆ ਵਾਂ ਸੋ ਮੇਰੇ ਕੋਲ 3 ਕਵਰ ਹੋਰ ਪਏ ਨੇ 3-4 ਮੇਰੇ ਖਿਆਲ ਨਾਲ ਪਏ ਹੋਣੇ ਘਰੇ 3 ਪਏ ਨੇ 2 ਟਰਾਂਸਪੇਰੈਂਟ ਨੇ 1 ਬਲੂ ਆ ਅਤੇ 1 ਬਲੈਕ ਆ ਜਿਹੜਾ ਮੈਂ ਕੱਲ੍ਹ ਲੈ ਕੇ ਆਇਆ ਵਾਂ ਸੋ ਮੈਨੂੰ ਕਮੈਂਟ ਦੇ ਦੱਸਣਾ ਤੁਹਾਨੂੰ ਕਿਹੜਾ ਕਲਰ ਵਧੀਆ ਲੱਗਦਾ ਕਿਹੜਾ ਕਵਰ ਵਧੀਆ ਵਾ ਸੋ ਉਹੀ ਫਿਰ ਪਾਵਾਂਗੇ ਵੈਸੇ ਮੈਂ ਜਿਹੜਾ ਮੈਂ ਕੱਲ੍ਹ ਲੈ ਕੇ ਆਇਆ ਨਾ ਉਹ ਮੈਨੂੰ ਜ਼ਿਆਦਾ ਬੈਟਰ ਲੱਗਾ ਵਾ ਬਾਕੀ ਮੈਂ ਤੁਹਾਨੂੰ ਘਰੇ ਜਾ ਕੇ ਕਲਰ ਵਗੈਰਾ ਵਿਖਾਉਣਾ ਅਤੇ ਆਪਣੇ ਕਵਰ ਵਿਖਾਉਣਾ ਵਾ 4 ਕਵਰ ਨੇ ਟੋਟਲ ਹੈ ਨਾ ਮਤਲਬ ਮੈਂ 2 ਮਹੀਨੇ ਬਾਅਦ ਇੱਕ ਨਵਾਂ ਕਵਰ ਲੈ ਲੈਣਾ ਆਪਣੇ ਫੋਨ ਦਾ ਅਤੇ ਮੇਰੇ ਫੋਨ ਨੂੰ ਲਏ ਹੋਏ ਹੋ ਗਏ ਨੇ 3 ਸਾਲ ਹੋ ਗਏ ਮੈਂ ਦਿੱਲੀ ਲਿਆ ਸੀਗਾ ਇਹ ਵਾਲਾ ਫੋਨ iPhone 6 ਸੋ ਇਹੋ ਹੀ ਦਿਆ ਚੱਲਣ ਬਾਕੀ ਵੇਖਦੇ ਹਾਂ ਕਦੋਂ ਤੱਕ ਚੱਲਦਾ ਇਹ ਵਾਲਾ ਫੋਨ ਵੀ ਇਹਨੂੰ ਵੀ ਆਹ ਵੇਖ ਯਾਰ ਪਤਾ ਨਹੀਂ ਇੱਥੇ ਕੀ ਪਿਆ ਸਾਰਾ ਗੰਦ ਮੰਦ ਮੇਰੇ ਕਮਰੇ 'ਚ ਵਾੜਿਆ ਕਵਰ ਲੱਗਾ ਟੁੱਟਾ ਫੋਨ ਇਹ ਮੈਂ ਆਪ ਹੀ ਤੋੜਿਆ ਸੀ ਜਾਣ ਕੇ ਆਹ ਖਰਾਬ ਵੋਚ ਸਾਰਾ ਸਿਸਟਮ ਹੀ ਲੈ ਪਿਆ ਸ਼ੀਸ਼ਾ ਵੀ ਕਰਾਇਆ ਗਿਆ ਬਾਕੀ ਆਹ ਜਿਹੜਾ ਪਰਫਿਊਮ ਮੈਂ ਬਾਹਰੋਂ ਮੰਗਵਾਇਆ ਆਹ ਵਾਲਾ ਵੀ ਬਾਹਰੋਂ ਆਇਆ ਸੀਗਾ ਐਡੀਡਾਸ ਦਾ ਬੋਡੀ ਸਪਰੇਅ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਚੇਤਾ ਭੁੱਲ ਜਾਂਦਾ ਕਿ ਪਰਫਿਊਮ ਲਾ ਕੇ ਜਾਣਾ ਸੀ
10 मिनट लभन तो बाद मैंने एक कवर लभा भी ट्रांसपेरेंट आंवला ये नहीं मैं जिदन आंवला न्यू कवर लिया ब्लैक वाला उदन ही मैं आंवला लाया वा आंवला मैं लिया वा परसों स्क्रैचलैस गार्ड है कवर बाकी एप्पल जो सेंटर च नहीं है थोड़ा जहा लैफ्ट दे विच आ चल भार कट जाना कि जाना कि लैन च लैन ते कर जाना वेखण आहो बारो वेखी भरा मैं डेगना नहीं पूरी फुल स्पीड इन्हें जाना उधर पार तां चढ़ जाने इधर चल स्टैंड वेखी चल लगा ही भजा दे भजा दे लत्ता किधर नु खोली आई चढ़ गया हुण इने होना दूजे साइड देखना जाई राइट नाउ टाइम होया जी 3:35 ते हजे आपां चढ़ना टीना दे उत्ते ते अहीं पहलां वी 2-3 वारी चढ़े इहदे उत्ते पर अहीं कदी व्लॉग शूट नहीं कीता सो अज इहदे उत्ते चढ़ांगे चल हुण उहदे उत्ते चढ़ना ही आउं नहीं ले जदे सैकल आई जा सैकल थोड़ा चढ़ाई ना तुर के सैकल उ ला देना बेचे जे मैं ट्राई करके बनाया ए चला अपनी ऑफ रोडिंग करने पहले गियर ते दे दी फिर पैन ही लसूगा ए तो जाना ही यार पहले पता ए तो चलाना होना ठीक है शिवा माही चढ़िया वा तुरना पता कि तत्री अ नट लगे ना अ नट के मतलब लोहा लगा हुआ इतना स्पोर्ट है इधर तुर ला इधर तुर ला दो जितने नट लगे सर जिदा कि मैं तुम्हें कहा वीडियो क्वांटिटी मैटर नहीं करती क्वांटिटी करके क्वालिटी बेकार हो जाती सो तुम इस लोग क्वालिटी वेखन मिली होगी जिस तरह की वक्रा वक्रा ना ही कुछ दे ट्राई कर सो इस लोग क्वालिटी है ना मतलब कॉन्टेंट वधिया वा जे किसने आना है इतने आज जिसे नट लगे उ तुरना क्योंकि इतने स्पोर्ट लगी हुई है तक जाना ही ठीक है मैं मगर ही मैं किधर भजना तो क्वालिटी इज़ द बेस्ट क्वांटिटी मैटर नहीं करती यार क्वांटिटी जिन्नी आप बता देंगे क्वालिटी डल इन्नी है हूँ यार ये पटरी से डेके हटिया है जी लत्ता टुट पा वेखी वेखी ध्यान ना आ जिसे नाटिया इतने तो है ना हार्ड स्पोर्ट है इतों ही डेग नहीं सकते जिते आ वा आ सेंटर दे विच इत्थे थोड़ा हल्का काम है इत्थे डेग सकदे आ मतलब डेग ते नहीं मतलब पिचक सकदी है ते बाई चांस जे किते टुट गई दही भी सारा ठा थल्ले जाना सारा कुछ जिन्ना भी नाले रोड बंद हो सकदा है हां जी ते उत्तो हानू गाला करो जड़ियां वध पै सकदियां ने के की करन गए उत्थे ना बाकी हाडा घर इत्थों नहीं दिखना ओ छ डिग गया देख के हाडा घर किधर है ओ यार चिट्टी टंकी वाला बिल्कुल एंड पॉइंट देख सकदे ना मैं भरा देखी टुटी कितना जोर लाउण ते आ जिहड़ी चीज़ है कुंडी जिहड़ी
इस तरह ये ना लड़ गई वो करके वो खुल गई तो टुट गई। हूँ सैकल से आप चंकी ऑफ रोडिंग कराई है, हैं सैकल बेचारा कहता होना मैं किधर फस गया हूँ तो चल कितों चलना चैनी हार नहीं चलन दिया होर डेग थले तो कहीं तो आप उतों तो आ गए हाँ बहुत औखे मतलब सैकल सू रेड़ के लिया पाया। तो चलो कोई गल नहीं ब्लॉग की करते हैं एंडिंग ब्लॉग कि लगा लाइक कर दो दिलों जो वधिया लगा तो कमेंट मिले जल्दी नैक्सट ब्लॉग टिल दैन टेक केयर।